ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨ ਐਸ ਸ਼ੇਖਾਵਤ ਜਦੋਂ ਗੋਲਡਨ ਟੈਂਪਲ ਗਏ ਸੀ ਤਾਂ ਉੱਥੇ ਐਸਕੋਰਟ ਵਿੱਚ ਤਣਾਅ ਤੇ ਇੱਕ ਸੁਰੱਖਿਆ ਕਰਮੀ ਤੋਂ ਪਿਸਟਲ ਛਿਨ ਕੇ ਇੱਕ ਬੰਦੇ ਨੇ ਸੁਸਾਈਡ ਕਰ ਲਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 3 FIR ਦਰਜ ਕੀਤੀ ਹੈ, ਲੇਕਿਨ ਸਭ ਤੋਂ ਵੱਡਾ ਕਦਮ ਇਹ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਜਵਾਨ ਜਿਹੜੇ ਜਸਟਿਸ ਐਨ ਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਲੱਗੇ ਸੀ ਉਹ ਹਟਾ ਦਿੱਤੇ ਗਏ ਹੈ। ਹਾਈ ਕੋਰਟ ਨੇ ਸਾਫ਼ ਕਿਹਾ ਕਿ ਉਹਨੂੰ ਹਟਾਇਆ ਜਾਏ ਔਰ ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਵੀ ਕਿਹਾ ਗਿਆ ਸਰਕਾਰ ਨੂੰ ਕਿ 1 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਐਫੀਡੇਵਿਟ ਫਾਈਲ ਕੀਤਾ ਜਾਵੇ ਕਿ ਜਾਂਚ ਅੱਗੇ ਕਿਵੇਂ ਵਧੀ ਹੈ, ਕਿਉਂਕਿ 3 FIR ਦਰਜ ਕੀਤੀ ਗਈ ਸੀ। 1 ਗੋਲਡਨ ਟੈਂਪਲ ਮਾਮਲਾ ਜਿਹੜਾ ਹੋਇਆ, 1 ਸੁਸਾਈਡ ਤੇ ਉੱਤੇ ਤੇ 1 ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਗੱਡੀ ਹੈ ਉਹ ਭੀੜ ਤੇ ਕਿਸਾਨਾਂ ਨੇ ਰੋਕੀ ਸੀ, ਇਸੇ ਕਰਕੇ 3 FIR ਦਰਜ ਕੀਤੀ ਗਈ ਹੈ। ਹੁਣ 1 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨ ਐਸ ਸ਼ੇਖਾਵਤ ਜਦੋਂ ਗੋਲਡਨ ਟੈਂਪਲ ਗਏ ਸੀ ਤਾਂ ਉੱਥੇ ਐਸਕੋਰਟ ਵਿੱਚ ਤਣਾਅ ਤੇ ਇੱਕ ਸੁਰੱਖਿਆ ਕਰਮੀ ਤੋਂ ਪਿਸਟਲ ਛਿਨ ਕੇ ਇੱਕ ਬੰਦੇ ਨੇ ਸੁਸਾਈਡ ਕਰ ਲਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 3 FIR ਦਰਜ ਕੀਤੀ ਹੈ, ਲੇਕਿਨ ਸਭ ਤੋਂ ਵੱਡਾ ਕਦਮ ਇਹ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਜਵਾਨ ਜਿਹੜੇ ਜਸਟਿਸ ਐਨ ਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਲੱਗੇ ਸੀ ਉਹ ਹਟਾ ਦਿੱਤੇ ਗਏ ਹੈ। ਹਾਈ ਕੋਰਟ ਨੇ ਸਾਫ਼ ਕਿਹਾ ਕਿ ਉਹਨੂੰ ਹਟਾਇਆ ਜਾਏ ਔਰ ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਵੀ ਕਿਹਾ ਗਿਆ ਸਰਕਾਰ ਨੂੰ ਕਿ 1 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਐਫੀਡੇਵਿਟ ਫਾਈਲ ਕੀਤਾ ਜਾਵੇ ਕਿ ਜਾਂਚ ਅੱਗੇ ਕਿਵੇਂ ਵਧੀ ਹੈ, ਕਿਉਂਕਿ 3 FIR ਦਰਜ ਕੀਤੀ ਗਈ ਸੀ। 1 ਗੋਲਡਨ ਟੈਂਪਲ ਮਾਮਲਾ ਜਿਹੜਾ ਹੋਇਆ, 1 ਸੁਸਾਈਡ ਤੇ ਉੱਤੇ ਤੇ 1 ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਗੱਡੀ ਹੈ ਉਹ ਭੀੜ ਤੇ ਕਿਸਾਨਾਂ ਨੇ ਰੋਕੀ ਸੀ, ਇਸੇ ਕਰਕੇ 3 FIR ਦਰਜ ਕੀਤੀ ਗਈ ਹੈ। ਹੁਣ 1 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨ ਐਸ ਸ਼ੇਖਾਵਤ ਜਦੋਂ ਗੋਲਡਨ ਟੈਂਪਲ ਗਏ ਸੀ ਤਾਂ ਉੱਥੇ ਐਸਕੋਰਟ ਵਿੱਚ ਤਣਾਅ ਤੇ ਇੱਕ ਸੁਰੱਖਿਆ ਕਰਮੀ ਤੋਂ ਪਿਸਟਲ ਛਿਨ ਕੇ ਇੱਕ ਬੰਦੇ ਨੇ ਸੁਸਾਈਡ ਕਰ ਲਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 3 FIR ਦਰਜ ਕੀਤੀ ਹੈ, ਲੇਕਿਨ ਸਭ ਤੋਂ ਵੱਡਾ ਕਦਮ ਇਹ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਜਵਾਨ ਜਿਹੜੇ ਜਸਟਿਸ ਐਨ ਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਲੱਗੇ ਸੀ ਉਹ ਹਟਾ ਦਿੱਤੇ ਗਏ ਹੈ। ਹਾਈ ਕੋਰਟ ਨੇ ਸਾਫ਼ ਕਿਹਾ ਕਿ ਉਹਨੂੰ ਹਟਾਇਆ ਜਾਏ ਔਰ ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਵੀ ਕਿਹਾ ਗਿਆ ਸਰਕਾਰ ਨੂੰ ਕਿ 1 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਐਫੀਡੇਵਿਟ ਫਾਈਲ ਕੀਤਾ ਜਾਵੇ ਕਿ ਜਾਂਚ ਅੱਗੇ ਕਿਵੇਂ ਵਧੀ ਹੈ, ਕਿਉਂਕਿ 3 FIR ਦਰਜ ਕੀਤੀ ਗਈ ਸੀ। 1 ਗੋਲਡਨ ਟੈਂਪਲ ਮਾਮਲਾ ਜਿਹੜਾ ਹੋਇਆ, 1 ਸੁਸਾਈਡ ਤੇ ਉੱਤੇ ਤੇ 1 ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਗੱਡੀ ਹੈ ਉਹ ਭੀੜ ਤੇ ਕਿਸਾਨਾਂ ਨੇ ਰੋਕੀ ਸੀ, ਇਸੇ ਕਰਕੇ 3 FIR ਦਰਜ ਕੀਤੀ ਗਈ ਹੈ। ਹੁਣ 1 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨ ਐਸ ਸ਼ੇਖਾਵਤ ਜਦੋਂ ਗੋਲਡਨ ਟੈਂਪਲ ਗਏ ਸੀ ਤਾਂ ਉੱਥੇ ਐਸਕੋਰਟ ਵਿੱਚ ਤਣਾਅ ਤੇ ਇੱਕ ਸੁਰੱਖਿਆ ਕਰਮੀ ਤੋਂ ਪਿਸਟਲ ਛਿਨ ਕੇ ਇੱਕ ਬੰਦੇ ਨੇ ਸੁਸਾਈਡ ਕਰ ਲਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 3 FIR ਦਰਜ ਕੀਤੀ ਹੈ, ਲੇਕਿਨ ਸਭ ਤੋਂ ਵੱਡਾ ਕਦਮ ਇਹ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਜਵਾਨ ਜਿਹੜੇ ਜਸਟਿਸ ਐਨ ਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਲੱਗੇ ਸੀ ਉਹ ਹਟਾ ਦਿੱਤੇ ਗਏ ਹੈ। ਹਾਈ ਕੋਰਟ ਨੇ ਸਾਫ਼ ਕਿਹਾ ਕਿ ਉਹਨੂੰ ਹਟਾਇਆ ਜਾਏ ਔਰ ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਵੀ ਕਿਹਾ ਗਿਆ ਸਰਕਾਰ ਨੂੰ ਕਿ 1 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਐਫੀਡੇਵਿਟ ਫਾਈਲ ਕੀਤਾ ਜਾਵੇ ਕਿ ਜਾਂਚ ਅੱਗੇ ਕਿਵੇਂ ਵਧੀ ਹੈ, ਕਿਉਂਕਿ 3 FIR ਦਰਜ ਕੀਤੀ ਗਈ ਸੀ। 1 ਗੋਲਡਨ ਟੈਂਪਲ ਮਾਮਲਾ ਜਿਹੜਾ ਹੋਇਆ, 1 ਸੁਸਾਈਡ ਤੇ ਉੱਤੇ ਤੇ 1 ਜਸਟਿਸ ਐਨ ਐਸ ਸ਼ੇਖਾਵਤ ਦੀ ਜਿਹੜੀ ਗੱਡੀ ਹੈ ਉਹ ਭੀੜ ਤੇ ਕਿਸਾਨਾਂ ਨੇ ਰੋਕੀ ਸੀ, ਇਸੇ ਕਰਕੇ 3 FIR ਦਰਜ ਕੀਤੀ ਗਈ ਹੈ। ਹੁਣ 1 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ।